ਬੰਦੂਕ ਰੱਖ ਕੇ ਮੱਥੇ 'ਤੇ ਅਤੇ ਮੇਰੇ ਨਾਲ ਗਲਤ ਕੰਮ ਕਰਦਾ ਰਿਹਾ ਵਾ, ਮੇਰੀਆਂ ਵੀਡੀਓ ਬਣਾਈਆਂ ਵਾ, ਫੋਟੋਆਂ ਵੀ ਗਲਤ ਖਿੱਚੀਆਂ ਵਾ, ਅਤੇ ਜਦੋਂ ਮਤਲਬ ਮੈਂ ਨਹੀਂ ਖਿਚਾਉਂਦੀ ਮਾਰਦਾ ਹੁੰਦਾ ਸੀ ਕਿ ਤੂੰ ਇੱਦਾਂ ਸਮਾਈਲ ਕਰ, ਇੱਦਾਂ ਕਰ, ਫਿਰ ਨਾ ਕਹੀਂ ਤੇਰੇ ਬੱਚੇ ਮਾਰ ਦਾਂਗਾ, ਮੇਰਾ ਨੁਕਸਾਨ ਕੀਤਾ ਇਹਨੇ ਬਹੁਤ ਵਾਰੀ, ਅਤੇ ਇਹਨੇ ਮੇਰੀਆਂ ਫੋਟੋਆਂ ਵਾਇਰਲ ਕਰਤੀਆਂ ਵਾ। ਤੁਸੀਂ ਕਿੱਥੇ ਰਹਿੰਦੇ ਹੋ, ਕੀ ਨਾਮ ਸੀ ਇਹਦਾ, ਇਹ ਕਿੱਥੇ ਰਹਿੰਦਾ? ਇਹਦਾ ਨਾਮ ਕਾਲੂ ਆ, ਪੱਕਾ ਨਾਂ ਰਮਨ ਦਸਾਂਝ ਆ, ਇਹ ਉੱਥੇ ਰਹਿੰਦਾ ਮਜੀਠਾ ਰੋਡ। ਤੁਸੀਂ ਕਿੱਥੇ ਰਹਿੰਦੇ? ਮੈਂ ਸੁਲਤਾਨਵੀਂ ਰੋਡ ਗੁਰਨਾਮ ਨਗਰ। ਹਾਂਜੀ, ਪੈਸੇ ਲਏ ਸੀ, ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਅਤੇ ਇਸ ਲਈ ਵਿਆਜੀ ਲਏ ਸੀ, ਅਤੇ ਪੈਸੇ ਵੀ ਇਹਨੂੰ ਮੋੜ ਤੇ, ਉਸ ਤੋਂ ਬਾਅਦ ਮੈਨੂੰ ਇੱਦਾਂ ਪੈਸੇ ਖਾਂਦਾ ਰਿਹਾ ਮੇਰੇ ਕੋਲ, ਮੈਨੂੰ ਅੱਜ 40,000 ਦੇ ਨਹੀਂ ਤਾਂ ਮੈਂ ਫੋਟੋਆਂ ਵਾਇਰਲ ਕਰ ਦੇਣੀਆਂ, ਮੈਂ ਦਿੰਦੀ ਰਹੀ ਪੈਸੇ ਉੱਦਾਂ ਹੀ ਲੈ ਲੈ। ਇਹ ਮੈਨੂੰ ਇੱਧਰ ਬਟਾਲਾ ਰੋਡ, ਹਾਂਜੀ ਹਾਂਜੀ ਖਿੱਚੀਆਂ ਇਹਨੇ, ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆਇਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ, ਜਦੋਂ ਮੁਲਾਜ਼ਮ ਮੈਨੂੰ ਫੜ ਕੇ ਲੈ ਕੇ ਆਏ ਆ, ਇਹ ਉਹਨਾਂ ਨੂੰ ਆਉਂਦਾ ਪਾਸਵਰਡ ਲਿਖੋ, ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ। ਮੈਂ ਇਹਨੂੰ ਕਹਿੰਦੀ ਰਹੀ ਹਾਂ, ਬੜਾ ਕੁਛ ਕਿਹਾ ਇਹਨੂੰ, ਪਰ ਨਹੀਂ, ਪਿਸਟਲ ਦੇ ਅੱਗੇ ਕਿਹਦਾ ਜ਼ੋਰ, ਜੋ ਦੱਸੋ ਮੈਨੂੰ ਪਿਸਟਲ ਅੱਗੇ ਕਿਹਦਾ ਜ਼ੋਰ ਆ। ਹਾਂਜੀ ਅੱਜ 4 ਦਿਨ ਹੋ ਗਏ ਆ, ਦਰਖਾਸਤ ਇੱਦਾਂ ਦਿੱਤੀ ਸੀ, ਇਹ ਤੰਗ ਨਹੀਂ ਕਰਨੋ ਹਟਦਾ, ਫਿਰ ਫੋਟੋਆਂ ਸੈਂਡ ਕਰਦਾ ਸੀ ਮੈਨੂੰ, ਕਹਿੰਦਾ ਸੀ ਆਹ ਵੇ ਫੋਟੋਆਂ ਥੱਲੇ ਆ, ਮੈਂ ਤੈਨੂੰ ਖੜਨਾ, ਮੈਂ ਕਿਹਾ ਮੈਂ ਨਹੀਂ ਜਾਣਾ, ਕਿਉਂਕਿ ਪਹਿਲਾਂ ਹੀ ਨਬਜ਼ਾਂ ਵੱਡੀਆਂ ਆ ਦੇਖੋ ਇਹਦੇ ਕਰਕੇ ਹੀ, ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ, ਮੈਂ ਕਿਹਾ ਹੁਣ ਮੈਂ ਟੋਰਚਿੰਗ ਨਹੀਂ ਸਹਿਣੀ। ਫਿਰ ਇਹਨੇ ਦਰਗਾਹ 'ਤੇ ਜਾ ਕੇ ਸਹੁੰ ਖਾਧੀ ਕਿ ਠੀਕ ਹੈ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ, ਪਰ ਮੈਂ ਪੈਸੇ ਵਸੂਲ ਕਰੂੰਗਾ, ਇਹਨੇ ਮੇਰੇ ਕੋਲ ਬੜੇ ਪੈਸੇ ਖਾ ਲਏ ਆ, ਜਿਨ੍ਹਾਂ ਕੋਲ ਖਾਧੇ ਉਹ ਵੀ ਮੇਰੇ ਕੋਲ ਸਬੂਤ ਹੈਗੇ, ਜਿਹੜੇ ਇਹਨੂੰ ਗੂਗਲ ਪੇ ਕੀਤੇ ਉਹ ਵੀ ਹੈਗੇ, ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ, ਉੱਥੇ ਸੈਂਡ ਕਰਦੇ, ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਉੱਥੇ। ਇਹਨੂੰ ਬਸ ਲਿਆਂਦਾ 1 ਘੰਟਾ ਹੋਇਆ ਫੜ ਕੇ ਲਿਆਂਦਾ ਵਾ, ਮੈਂ ਪਰਚਾ ਚਾਹੁੰਦੀ ਇਹਦੇ 'ਤੇ, ਕਿਉਂਕਿ ਮੇਰੀ ਤਾਂ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ, ਸਾਰੇ ਬੰਨੇ 'ਤੇ ਇਹਨੇ ਫੋਟੋਆਂ ਪਾ ਦਿੱਤੀਆਂ ਮੇਰੀਆਂ, ਇਸ ਕਰਕੇ ਮੈਨੂੰ ਇਨਸਾਫ ਚਾਹੀਦਾ। ਹਾਂਜੀ, ਇੱਥੇ ਲੋਕਲ ਇੱਕ ਲੇਡੀ ਆ, ਉਹਦੇ ਵੱਲੋਂ ਕੰਪਲੇਂਟ ਮਿਲੀ ਸੀਗੀ ਵੀ ਲੜਕਾ ਮੈਨੂੰ ਹਰਾਸ ਕਰ ਰਿਹਾ, ਉਹ ਹੁਣ ਦੋਵੇਂ ਪਾਰਟੀਆਂ ਇਕੱਠੀਆਂ ਕੀਤੀਆਂ, ਦੇਖਦੇ ਹਾਂ ਜੋ ਸੱਚਾਈ ਹੋਈ ਉਹਦੇ ਮੁਤਾਬਕ ਕੀਤਾ ਜਾਊਗਾ। ਲੜਕਾ ਕਹਿ ਰਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ, ਪਰ ਲੜਕੀ ਵੱਲੋਂ ਫੋਟੋਆਂ ਵੀਡੀਓ ਦਿਖਾਈ ਗਈ ਹੈ ਵੀ ਜਿਹੜੀ ਉਹ ਵਾਇਰਲ ਕਰਨਾ ਚਾਹੁੰਦਾ ਸੀ, ਉਹਦੇ ਮਨ 'ਚ ਡਰ ਵੀ ਹੈ, ਉਹ ਕਹਿੰਦੀ ਵੀ ਮੈਨੂੰ ਇਨਸਾਫ ਚਾਹੀਦਾ। ਦੇਖਦੇ ਹਾਂ ਜੀ, ਇਟਸ ਮੈਟਰ ਆਫ ਇਨਵੈਸਟੀਗੇਸ਼ਨ, ਇਹ ਚੈੱਕ ਕਰਦੇ ਹਾਂ ਹੁਣ, ਠੀਕ ਹੈ ਜੀ, ਜੋ ਵੀ ਹੋ ਜੈਸੀ ਸੂਰਤ ਪਾਈ ਗਈ ਵੈਸੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਥੈਂਕ ਯੂ।